ਤੇ ਇਹ ਪੁਰਾਣੇ ਪਲਾਨ ਤੇ ਇਹ ਸਰਵੇ ਨੀ, ਅਸਾਂ ਸਰਵੇ ਕੀਤਾ ਰੋਡ ਸੈਂਕਸ਼ਨ ਉਹਦਾ, ਉਹ ਬਾਅਦ ਵਿੱਚ ਅਸਾਂ ਚੈੱਕ ਕੀਤਾ ਉਹ ਸਰਵੇ ਹੀ ਗਲਤ ਨਿਕਲਿਆ, ਦੁਬਾਰਾ ਸਰਵੇ ਕਰਾਉਣਾ ਪਿਆ। ਮੈਂ ਉੱਥੇ ਵੀ ਸਮਝਾਇਆ ਭਾਈ MLA ਜਿਹੜੇ ਬਣਦੇ ਉਹ ਸਰਵੇ ਨਹੀਂ ਕਰਦੇ, MLA ਦਾ ਕੰਮ ਹੈ ਸੈਂਕਸ਼ਨ ਲਿਆਉਣਾ। ਦੁਬਾਰਾ ਉਹ ਸਰਵੇ ਗਲਤ ਨਿਕਲਿਆ, ਅਸਾਂ ਦੁਬਾਰਾ ਸਰਵੇ ਕਰਾਇਆ, DPR ਬਣਾਇਆ, DPR ਬਣਾਈਏ, ਦੁਬਾਰਾ ਸੈਂਕਸ਼ਨ ਲੈਂਦਾ ਸਰਵੇ ਕਰਨੇ MLA ਤੇ ਨਹੀਂ ਆਇਆ, JEE ਆਉਂਦੇ ਨੀ ਸਰਵੇ ਕਰਨੇ, ਉਹ ਪਤਾ ਨੀ ਕੌਣ MLA ਜਿਹੜੇ ਆਉਂਦੇ ਅਸੀਂ ਸਰਵੇ ਕਰਨੇ ਆ। ਦੁਬਾਰਾ ਸੈਂਕਸ਼ਨ ਲੈਂਦਾ, ਕੰਮ ਸ਼ੁਰੂ ਹੋਇਆ ਸਾਡੇ ਸਦਰੋਤਾ ਦੇ ਬਾਂਜਲ ਭਟਾਲ ਦੇ ਲੋਕ ਆ ਰਹੇ ਮਾਨ, ਜਿਸ ਦਿਨ ਅਸੀਂ ਕੰਮ ਸ਼ੁਰੂ ਕੀਤਾ। ਤੁਸੀਂ ਸਾਰੇ ਹੀ ਬੜੀ ਬੜੀ ਮੁਬਾਰਕਬਾਦ ਹੈ, ਇਹ 23 ਕਿਲੋਮੀਟਰ ਰੋਡ ਜਿਹੜੀ ਮਾਨ ਬਾਂਜਲ ਬਟਾਲ ਹੈ ਇਹ ਸਾਰੇ ਕੋਲੋਂ ਜ਼ਰੂਰੀ ਰੋਡ ਹੈ, ਸਾਰੇ ਕੋਲੋਂ ਵੱਡੀ ਰੋਡ ਹੈ। ਇਹਦੇ ਇਲਾਵਾ ਕਉਗ ਪਟੋਡੀ ਰੋਡ ਜਿਹੜੀ ਬਕਾਇਆ ਹੈ, ਕਉਗ ਪਟੋਡੀ ਰੋਡ 14 ਕਿਲੋਮੀਟਰ ਉਹ ਵੀ ਸੈਂਕਸ਼ਨ ਹੈ, ਉਹਦੀ ਵੀ ਤੁਸੀਂ ਮੁਬਾਰਕਬਾਦ। ਇੱਕ ਧਮਾਨ ਗਲੀ, ਧਮਾਨ ਗਲੀ ਵਾਲੀ ਰੋਡ ਜਿਹੜੀ ਹੈ ਤੁਹਾਡੀ ਡੁਗਾਣੀ ਕਨੇ ਜੁੜਨੀ, ਇਹਦੀ ਵੀ ਤੁਸੀਂ ਮੁਬਾਰਕਬਾਦ ਹੈ। ਇਹ ਰੋਡ ਉਹ ਨੇ ਜਿਹੜੇ ਸੈਂਕਸ਼ਨ ਹੋਈ ਦੇ, ਜਿਹੜੇ ਰੋਡ ਸਾਡੇ 1.5 ਸਾਲ ਦੇ ਅੰਦਰ ਕੰਪਲੀਟ ਹੋਣੇ, ਮੁਕੰਮਲ ਹੋਈ ਜਾਣੇ ਰੋਡ। ਠੀਕ ਹੈ, ਰੋਡ ਚਾਹੀਦੇ ਪਹਿਲੇ ਨੀ। ਉਹਦੇ ਬਾਅਦ ਰਿਹਾ ਮਸਲਾ ਦੂਆ, ਦੋ ਮਸਲੇ ਤੁਹਾਡੇ ਬੜੇ ਵੱਡੇ, ਇੱਕ ਰੋਡ ਦਾ ਨਾ ਸਾਰੇ ਕੋਲੋਂ ਵੱਡਾ ਮਸਲਾ ਰੋਡ ਦਾ। ਰੋਡ ਅਗਰ ਮੈਂ ਨੀ ਜਿੱਤਦਾ ਹੁੰਦਾ, ਮੋਦੀ ਪ੍ਰਧਾਨ ਮੰਤਰੀ ਨੀ ਹੁੰਦਾ, MP ਨੀ ਹੁੰਦਾ ਸਾਡਾ, ਡਾਕਟਰ ਜਤਿੰਦਰ ਸਿੰਘ ਦਾ ਇਹ ਰੋਡ ਆਂਦੇ, ਇਹ MC ਦੇ ਬਸ ਦਾ ਕੰਮ ਹੈ ਰੋਡ ਲੈਣਾ। ਇਹ ਦਿੱਲੀ ਦੀ ਸਕੀਮ ਹੈ, ਮੋਦੀ ਦੀ ਸਕੀਮ ਹੈ, ਮੋਦੀ ਜਿੰਦਾਬਾਦ ਨੀ ਤੁਸੀਂ ਲਾਇਆ, ਇੱਕ ਵਾਰੀ ਮੋਦੀ ਜਿੰਦਾਬਾਦ ਕਰੋ ਭਾਈ, ਕੌਣ ਨਹਿਰ ਲਾਉਂਦਾ, ਚਲੋ ਠਹਿਰੋ ਭਾਈ, ਛੈਲ ਤਰੀਕੇ ਨਾਲ ਕਰੋ, ਜਿਵੇਂ ਮੋਦੀ ਇਮਾਨਦਾਰੀ ਨਾਲ ਕੰਮ ਕਰਦਾ ਹੀ ਕਰਨਾ। ਭਾਰਤੀ ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਡਾਕਟਰ ਜਤਿੰਦਰ ਸਿੰਘ ਜੀ, ਡਾਕਟਰ ਜਤਿੰਦਰ ਸਿੰਘ ਜੀ। ਇਹ ਰੋਡ ਤੁਸੀਂ ਆਏ ਹੁਣੀ ਭੇਜੇ ਸੀ ਡਾਕਟਰ ਜਤਿੰਦਰ ਸਿੰਘ ਜੀ ਨੇ, ਤੁਸੀਂ ਇਹ ਪਤਾ ਹੋਣਾ 96 ਵਿੱਚ ਸਾਡੀ ਕਾਨਸਟੀਚੁਐਂਸੀ ਅਲੱਗ ਹੋਈ, 96 ਚ ਹੋਈ ਨਾ ਕਾਨਸਟੀਚੁਐਂਸੀ ਅਲੱਗ, 96 ਦੇ ਬਾਅਦ 3 ਵਿਧਾਇਕ ਆਏ ਮੇਰੇ ਕੋਲ, ਪਹਿਲੇ 3 ਆਏ ਨੀ, ਕਿੰਨੇ ਰੋਡ ਬਣੇ ਤੁਹਾਡੇ।